ਉਹਨੇ ਆਖਿਆ ਵਾਲੇਕੁਮ ਸਲਾਮ ਆਓ ਬਾਈ ਕਿੱਧਰ ਆਏ ਹੋ ਉਹਨੇ ਆਖਿਆ ਤਾਂ ਇੱਕ ਗੱਲ ਕਰਨੀ ਹੈ ਜੇ ਤੂੰ ਆਖਿਆ ਨਾ ਝੂਠੇ ਅਸਾਂ ਰੁਪਈਆ 100 ਨੀ ਲੈਣਾ ਉਹਨੇ ਆਖਿਆ ਭਾਈ ਗੱਲ ਕਰੋ ਉਹਨਾਂ ਗੱਲ ਸ਼ੁਰੂ ਕਰ ਦਿੱਤੀ ਉਹਨਾਂ ਆਖਿਆ ਗੱਲ ਇਹ ਕਿ ਸਾਡੇ ਪਿੰਡ ਇੱਕ ਛੱਪੜ ਉੱਥੇ ਸੁੱਕਾ ਥਾਂ ਉੱਥੇ ਇੱਕ ਤ੍ਰਿਡੀ ਰਹਿੰਦੀ ਉਹ ਦੁੱਧ ਦਿੰਦੀ ਸਾਰੇ ਪਿੰਡ ਵਿੱਚ ਵੀ ਦੁੱਧ ਦਿੰਦੇ ਆ ਸ਼ਹਿਰ ਵਿੱਚ ਵੀ ਦੁੱਧ ਜਾਂਦਾ ਤੇ ਫਿਰ ਵੀ ਇਹ ਛੱਪੜ ਜਿਹੜਾ ਦੁੱਧ ਦਾ ਭਰ ਜਾਂਦਾ ਜਾਗ ਲਾਨੇ ਆ ਦਹੀਂ ਬਣ ਜਾਂਦਾ ਵਿੱਚ ਇਹ ਡੰਗਰ ਮਾਰ ਦਿੰਦੇ ਆ ਮੱਖਣ ਉੱਤੇ ਆ ਜਾਂਦਾ ਤੇ ਵੱਟਾਂ ਪਾਣੇ ਵਾਲੇ ਜੰਦਰੇ ਲੈਂਦੇ ਆ ਮੱਖਣ ਇਕੱਠਾ ਕਰ ਲੈਂਦੇ ਆ ਉਹਨੇ ਆਖਿਆ ਦੱਸ ਆ ਗੱਲ ਸੱਚੀ ਹੈ ਕਿ ਝੂਠੀ ਹੈ ਉਹਨੇ ਆਖਿਆ ਜੀ ਬਿਲਕੁਲ ਸੱਚੀ ਹੈ ਉਹਨੇ ਆਖਿਆ ਸੀ ਜੇ ਤੂੰ ਆਖਿਆ ਨਾ ਝੂਠ ਹੈ ਤੇ ਮੈਂ ਰੁਪਈਆ 100 ਨੀ ਲੈਣਾ ਉਹਨੇ ਆਖਿਆ 100 ਦੇਣਾ ਪੈਣਾ ਉਹਨੇ ਆਖਿਆ ਬਿਲਕੁਲ ਸੱਚੀ ਹੈ ਉਹਨੇ ਆਖਿਆ ਵਾ ਕੰਮ ਤੇ ਕੋਈ ਨੀ ਬਣਿਆ ਦੋਵੇਂ ਜਣੇ ਤੁਰ ਪਏ ਵਾਪਸ ਆਂਦੇ ਨੇ ਮਾਈ ਕੋਈ ਨੀ ਕੰਮ ਹੋਇਆ ਜਿਸ ਟਾਈਮ ਦੋਵੇਂ ਜਣੇ ਵਾਪਸ ਤੁਰੇ ਜਾਂਦੇ ਨੇ ਉਹ ਜਣਾ ਆਪਣੀ ਬੀਵੀ ਨੂੰ ਆਖਦਾ ਕਰਮਾ ਵਾਲੀਏ ਕਦੇ ਤ੍ਰਿਡੀਆਂ ਵੀ ਦੁੱਧ ਦਿੱਤਾ ਜਨਾਨੀਆਂ ਦੀ ਇਹ ਵਾਕਿਆ ਹੀ ਨਹੀਂ ਉਹਨੇ ਆਖਿਆ ਜੇ ਮੈਂ ਅਕਸ਼ਰ ਦਾ ਝੂਠ ਤਾਂ 100 ਪੈ ਗਏ ਆ ਸੀ ਨਾ ਜਨਾਨੀਆਂ ਦੀ ਵਾਕਿਆ ਹੀ ਪੈ ਗਿਆ ਉਹਨੇ ਆਖਿਆ ਹੁਣ ਉਹਨਾਂ ਕੋਲ ਮੈਂ ਜਾਣਾ ਇਹ ਕੀ ਲੈਣ ਇਹ ਜਿਹੜੇ ਦਿਨ ਗਿਆ ਤੈਨੂੰ ਦੱਸਾਂਗਾ ਉਹ 5-6 ਦਿਨ ਗੁਜ਼ਰੇ ਤੇ ਜਣਾ ਤਿਆਰ ਹੋ ਕੇ ਨਾ ਤਿਆਂਦਾ ਜਨਾਨੀ ਨੂੰ ਕਰਮਾ ਵਾਲੀ ਅੱਜ ਮੈਂ ਚੱਲਾਂ ਉਹਨਾਂ ਦੇ ਕੋਲ ਤੇ ਕੋ ਦੁਆ ਕਰੀ ਅਹੇ ਅੱਛਾ ਉਹ ਟੁਰ ਪਿਆ ਜਨਾਨੀ ਪਿੱਛੋਂ ਦੁਆ ਕੀਤੀ ਕੱਲਾ ਖੈਰ ਨਾਲ ਹੀ ਆ ਜੇ ਉਹ ਨਾ ਵਲ ਪਲ ਕਰ ਲਈ ਉਹਨੇ ਸਿੱਧਾ ਉਹਨਾਂ ਦੇ ਕੋਲ ਗਿਆ ਉਹਨਾਂ ਜਾਂਦਿਆਂ ਵੇਖ ਲਿਆ ਕਿ ਬੰਦਾ ਉਹ ਹੀ ਹੈ ਉਹਨੇ ਜਾਂਦਿਆਂ ਆਖਿਆ ਸਲਾਮ ਅਲੈਕਮ ਆਂਦੇ ਨੇ ਵਾਲੈਕਮ ਸਲਾਮ ਆਓ ਜੀ ਉਹਨੂੰ ਪੁੱਛਦੇ ਨੇ ਕਿੱਧਰ ਆਏ ਉਹਨੇ ਆਖਿਆ ਮੈਂ ਆਇਆ ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਹੈ ਜੇ ਤੁਸੀਂ ਆਖਿਆ ਨਾ ਝੂਠੇ ਮੈਂ ਰੁਪਈਆ 100 ਲੈ ਲੈਣਾ ਉਹਨੇ ਆਖਿਆ ਭਾਈ ਗੱਲ ਕਰੋ ਉਹਨੇ ਆਖਿਆ ਕਿ ਗੱਲ ਇਹ ਵੇ ਕਿ ਸੁਣਿਆ ਤੁਹਾਡਾ ਪਿਓ ਮਰ ਗਿਆ ਹੈ ਮਰ ਗਿਆ ਹੈ ਕਿੰਨਾ ਚਿਰ ਹੋਇਆ ਮਹੀਨਾ ਹੋ ਗਿਆ ਉਹਨੇ ਆਖਿਆ ਮਰਨ ਸਾਹਿਬ ਸਾਰਿਆਂ ਦੇਣਾ ਇਹ ਇੰਜੇ ਗੱਲ ਉਹਨੇ ਆਖਿਆ ਮੈਂ ਉਹਦੇ ਕੋਲ ਰੁਪਈਆ 100 ਲੈਣਾ ਉਹਨੇ ਆਖਿਆ ਕਮਾਲ ਹੋ ਗਈ ਵਾ ਜੇ ਆਖਿਆ ਝੂਠ ਹੈ ਤਾਂ ਵੀ ਦੇਣਾ ਪੈਣਾ ਤੇ 100 ਤਾਂ ਮੰਗੀ ਖੜਾ ਹੁਣ ਕਰੀਏ ਕੀ ਉਹਨੇ ਆਖਿਆ ਮੈਂ ਤੁਹਾਡੇ ਪਿਓ ਕੋਲ ਰੁਪਈਆ 100 ਲੈਣਾ ਸੀ ਉਹ ਇੱਕ ਦੂਜੇ ਨੂੰ ਵੇਖਣ ਦੋ ਵੇਖਣ ਕੀ ਕਰੀਏ ਜੇ ਆਖਿਆ ਝੂਠ ਹੈ ਤਾਂ ਵੀ ਇਹਨੇ ਆਖਣਾ ਕੱਢੋ ਆਂਦੇ ਨੇ ਵਾਕਿਆ ਹੀ ਵਾ ਸਾਡੇ ਪਿਓ ਕੋਲ ਤੋਂ 100 ਲੈਣਾ ਸੀ ਇਹ ਫੜ 100 ਰੁਪਈਆ ਹੀ ਤੇ ਸਾਡੀ ਜਾਨ ਛੱਡ ਉਹਨਾਂ 100 ਰੁਪਈਆ ਦਿੱਤਾ ਤੇ ਜਾਨ ਛਡਾਈ ਉਹ 100 ਰੁਪਈਆ ਲੈ ਕੇ ਜਣਾ ਟੁਰ ਪਿਆ ਤੇ ਆਂਦੇ ਨੇ ਬਾਈ ਸਾਡਾ ਦਾਨ ਹੀ ਸਹੀ ਲੱਗਾ ਤੇ ਇਹਨੇ ਤੇ ਬੜਾ ਦਾਨ ਲਾਇਆ ਉਹ ਜਿਸ ਟਾਈਮ ਰਾਹ ਵਿੱਚ ਲਗਾ ਜਾਏ ਤੇ ਅੱਗੇ ਤੇ ਖਰਗੋਸ਼ ਵਿਕਣ ਸਾਏ ਉਹ ਸਾਏ ਪੇ ਵਿਕਣ ਇੱਕ ਰੰਗ ਦੇ ਜਨਾਬ ਉਹਨੇ 2 ਸਾਏ ਖਰੀਦ ਲਏ 10-10 ਰੁਪਏ ਦੇ 80 ਰੁਪਈਏ ਲਿਆ ਕੇ ਜਨਾਨੀ ਨੂੰ ਆਂਦਾ ਕਰਮਾ ਵਾਲੀ ਅੱਜ ਮੈਂ ਉਹਨਾਂ ਕੋਲ ਗਿਆ ਸਾਂ ਇਹ 2 ਸਾਏ ਲਏ ਨੇ ਦਸਾਂ ਦੇ ਜੀਆਂ ਦੇ ਸਾਏ ਨਹੀਂ ਤੇ 80 ਰੁਪਈਏ ਨਹੀਂ ਅਹੇ ਅੱਛਾ ਇਹ ਸਾਏ ਕਿਉਂ ਲਿਆਂਦੇ ਨੀ ਉਹਨੇ ਆਖਿਆ ਇਹ ਉਹਨਾਂ ਨੇ ਆਉਣਾ ਹੈ ਸਨ ਦੋਵੇਂ ਇੱਕ ਰੰਗ ਦੇ ਇੱਕ ਉਹਨਾਂ ਘਰ ਬੰਨ ਦਿੱਤਾ ਇੱਕ ਉਹਨਾਂ ਡੇਰੇ ਤੇ ਖੜ ਕੇ ਬੰਨ ਦਿੱਤਾ ਇਹ ਬਿਲਕੁਲ ਦੋਵੇਂ ਇੱਕੋ ਜਿਹੇ ਸਨ ਉਹਨਾਂ ਨੂੰ 100 ਰੁਪਈਆ ਨਾ ਖਲਾਉਣ ਦੇ 5-6 ਦਿਨ ਗੁਜ਼ਰੇ ਦੋਵੇਂ ਜਣੇ ਆਂਦੇ ਨੇ ਚੱਲ ਹਾਂ 2 ਟਾਈਮ ਰੋਟੀ ਵੀ ਖਾਏ ਤਾਂ ਵੀ 100 ਪੂਰਾ ਹੋ ਜਾਏਗਾ ਦੋਵੇਂ ਜਣੇ ਆ ਗਏ ਆਉਂਦਿਆਂ ਆ ਕੇ ਉਹਨੂੰ ਆਂਦੇ ਨੇ ਅਸਲਾਮ ਅਲੈਕਮ ਉਹ ਸੀ ਜਣਾ ਡੇਰੇ ਤੇ ਜੇ ਆਉਂਦਿਆਂ ਆਖਿਆ ਉਹਨੂੰ ਅਸਲਾਮ ਅਲੈਕਮ ਉਹਨੇ ਆਖਿਆ ਵਾਲੈਕਮ ਸਲਾਮ ਉਹਨੇ ਜਾ ਕੇ ਸਾਹਿਬ ਦਾ ਰਸਾ ਖੋਲਿਆ ਤੇ ਉਹਨੇ ਆਖਿਆ ਚੱਲ ਚੱਲ ਕੇ ਘਰ ਦਾ ਬੰਦਿਆਂ ਦਾ ਚਾਹ ਪਾਣੀ ਤੇ ਰੋਟੀ ਛੋਟੀ ਆਖ ਆਂਦੇ ਨੇ ਬਾਈ ਨਵਾਂ ਤਮਾਸ਼ਾ ਕਰ ਲੈ ਸਾਇਆ ਤੇ ਚੜਦਾ ਆਂਦਾ ਤੁਸੀਂ ਪਵੋ ਮੈਂ ਤੁਹਾਡੇ ਕੋਲ ਪੱਠੇ ਲੈ ਆਵਾਂ ਪਿੰਡ ਸੀ ਨੇੜੇ ਉਹਨੇ ਮਾਰੀ ਛੂਟ ਘਰ ਭੱਜ ਕੇ ਗਿਆ ਜਾ ਕੇ ਜਨਾਨੀ ਨੂੰ ਆਂਦਾ ਕਰਮਾ ਲਈਏ ਦੋ ਬੰਦਿਆਂ ਦਾ ਰੋਟੀ ਪਾਣੀ ਪਕਾ ਛੜੀ ਤੇ ਆਖੀਆਂ ਸਾਇਆ ਨੇ ਆਖਿਆ ਜਿਹੜਾ ਘਰ ਸੀ ਉਹਨੇ ਆਖਿਆ ਬਿਲਕੁਲ ਜੇ ਆ ਉਹਨੇ ਦੋ ਬੰਦਿਆਂ ਦਾ ਰੋਟੀ ਪਾਣੀ ਪਕਾ ਛੜਿਆ ਉਹ ਨਾ ਥੋੜੀ ਕੁ ਦੇਰ ਬਾਅਦ ਆ ਗਿਆ ਪੱਠੇ ਕੋਈ ਲੈ ਆ ਕੇ ਬਾਅਦ ਚੋਣ ਲੱਗ ਪਿਆ ਉਹਨਾਂ ਭਰਾਉਂਦਿਆਂ ਕੋਈ ਟਾਈਮ ਗੁਜ਼ਾਰ ਲਿਆ ਆਂਦਾ ਵੇ ਚਲੋ ਚੱਲ ਕੇ ਘਰ ਰੋਟੀ ਖਾਈਏ ਉਹ ਇੱਕ ਦੂਜੇ ਨੂੰ ਆਖਣ ਓਏ ਸਾਇਆ ਛੱਡਿਆ ਸਾ ਹੋਰੇ ਰੋਟੀ ਪੱਕੀ ਵੀ ਹੋਵੇ ਦਿੱਕਤ ਹੋਈ ਨਾ ਓਏ ਸਾਇਆ ਛੱਡਿਆ ਸਾ ਹੋਰੇ ਰੋਟੀ ਪੱਕੀ ਵੀ ਕਿ ਨਾ ਉਹ ਦੋਵੇਂ ਇੰਜੇ ਕਰਦੇ ਉਹਦੇ ਨਾਲ ਟੁਰ ਪਏ ਜਿਸ ਟਾਈਮ ਅਸੀਂ ਦਰਵਾਜ਼ੇ ਦੇ ਵਿੱਚ ਗਏ ਤਾਂ ਸਾਹਮਣੇ ਸਾਇਆ ਅੰਦਰ ਵੱਜੇ ਆ ਕਹਿੰਦੇ ਨੇ ਲੈ ਬਈ ਸਾਇਆ ਆ ਗਏ ਰੋਟੀ ਪੱਕੀ ਹੋਵੇ ਉਹਨੇ ਆਵਾਜ਼ ਦਿੱਤੀ ਆਪਣੀ ਬੀਵੀ ਨੂੰ ਕਰਮਾਰੀਏ ਕੋ ਪਕਾਈ ਆ ਰੋਟੀ ਉਸੇ ਵੇਲੇ ਉਹ ਆ ਗਈ ਖਤਾ ਗਿਆ ਬੰਦਿਆਂ ਘੰਟਾ ਹੋ ਗਿਆ ਸਾਇਆ ਨੂੰ ਆ ਕੇ ਪਿਆਂ ਦਿਆਂ ਬੇਬੇ ਦੋ ਬੰਦੇ ਨੀ ਉਹਨਾਂ ਆਖਿਆ ਬੜਾ ਸਿਆਣਾ ਸਾਇਆ ਜਿਹਨੇ ਆ ਕੇ ਬੰਦੇ ਵੀ ਦੱਸੇ ਨੇ ਉਹਨੇ ਆਖਿਆ ਬੇਬੇ ਦੋ ਬੰਦੇ ਨੀ ਦੋ ਦੀ ਪਕਾਣੀਆਂ ਤੇ ਮੈਂ ਉਦੋਂ ਦੀ ਪਕਾ ਕੇ ਰੱਖੀ ਏ ਉਹਨਾਂ ਆਖਿਆ ਵਾ ਕਮਾਲ ਹੀ ਗੱਲ ਜੇ ਉਹਨੇ ਰੋਟੀ ਲਿਆ ਕੇ ਅੱਗੇ ਰੱਖੀ ਉਹ ਆਂਦੇ ਨੇ ਬਾਈ ਗੱਲ ਅਸਾਂ ਇੱਕ ਗੱਲ ਕਰਨੀ ਜੇ ਤੂੰ ਮੰਨੇ ਉਹਨੇ ਆਖਿਆ ਗੱਲ ਕਰੋ ਮੰਨਣ ਨਾਲ ਹੀ ਹੋਈ ਤੇ ਮੰਨਾਂਗਾ
ਉਹਨਾਂ ਆਖਿਆ ਜੀ ਹੁਣ ਜਾਣਨਾ ਸਾਨੂੰ ਹੈ ਸਾਇਆ ਦੇਸ਼ ਇਹ ਜਿਹੜਾ ਸੁਨੇਹਾ ਲੈ ਕੇ ਆਉਂਦਾ ਤੇ ਜਾਂਦਾ ਦਲਾਨੀ ਉੱਥੇ ਵੇਲੇ ਬੋਲ ਪਈ ਨਾ ਨਾ ਅਸਾਂ ਨੀ ਸਾਇਆ ਦੇਣਾ 2500 ਦਾ ਅਗਲੇ ਦਿਨ ਲਿਆਂਦਾ ਘਰ ਵੀ ਆਉਂਦਾ ਡੇਰੇ ਵੀ ਟੁਰ ਜਾਂਦਾ ਸਾਇਆ ਉਹਨਾਂ ਆਖਿਆ ਵਾ ਕੰਮ ਤੇ ਖਰਾਬ ਹੀ ਉਹਨਾਂ ਆਖਿਆ 3000 ਲੈ ਲਓ ਦਲਾਨੀ ਆਖੇ ਨਾ ਜੇ ਉਹ 3.5-4 ਨਹੀਂ 4.5-5 ਜੇ ਉਹ 5000 ਤੇ ਉਹਨਾਂ ਆਖਿਆ 5000 ਰੁਪਈਏ ਨੀ ਤਾਂ ਅਸੀਂ ਟੁਰ ਚੱਲੇ ਉਹਨਾਂ ਦਾ ਉਰਾਂ ਕਰੋ ਰੋਟੀ ਵੀ ਨਾ ਖਾਧੀ ਵੈਸੇ ਉਹਨੇ 5000 ਫੜਾਇਆ ਉਹਨੇ ਜਨਾਨੀ ਆਖਿਆ ਕੁੰਜਣ ਵਾਲੀ ਗੱਲ ਕਰ ਉਹ ਲੈ ਕੇ ਸਾਇਆ ਨਿਕਲ ਪੁਕਲ ਗਏ ਜਾ ਕੇ ਉਹਨਾਂ ਡੇਰੇ ਤੇ ਬੰਨ ਦਿੱਤਾ ਦੁਆਲੇ ਨੂੰ ਵੇਖਣ ਕੁਆ ਦੇ ਪ੍ਰਾਹੁਣਾ ਤੇ ਖੁੱਲ ਕੇ ਉਹ ਜਿਹੜਾ ਜਿਸ ਟਾਈਮ ਉਹਨਾਂ ਬੰਨ ਦਿੱਤਾ 5-6 ਦਿਨ ਗੁਜ਼ਰ ਗਏ ਤੇ 2 ਕਰਮਾਂ ਦੇ ਮਾਰੇ ਪ੍ਰਾਹੁਣੇ ਵੀ ਆ ਗਏ ਉਹਨਾਂ ਥੜਾ ਚੜਦੇ ਹੀ ਆਖਿਆ ਸਲਾਮ ਅਲੈਕਮ ਇੱਕ ਆਂਦਾ ਵਾਲੈਕਮ ਸਲਾਮ ਤੇ ਖੋਲ ਹਾਂ ਸਾਇਦਾ ਸਾਦਰਾ ਘਰ ਜਾ ਕੇ ਤੇ ਚਾਹ ਪਾਣੀ ਰੋਟੀ ਛੱਟੀ ਆ ਕੇ ਇਹਨਾਂ ਬੱਲਿਆਂ ਲਈ ਉਹਨਾਂ ਆਖਿਆ ਬਈ ਤਮਾਸ਼ਾ ਤਾਂ ਕੋਈ ਨਵਾਂ ਹੀ ਕਰਨ ਲੱਗੇ ਨੇ ਜਿਹੜੇ ਵੇਲੇ ਉਹਨਾਂ ਸਾਇਆ ਛੱਡਿਆ ਸਾਇਆ ਮਿੰਟਾਂ ਵਿੱਚ ਨਿੱਕੇ ਦਾ ਕੋਟ ਵੀ ਲੰਘ ਗਿਆ ਉਹ ਚੰਗੀ ਜਾਨ ਵਾਜੋ ਘਰਦਾ ਨਿਕਲ ਗਿਆ ਉਹਨਾਂ ਆਖਿਆ ਬਾਈ ਚੰਗੀ ਕੰਮ ਆਂਦਾ ਬਾਈ ਚਲੀਏ ਘਰ ਚੱਲ ਕੇ ਰੋਟੀ ਖਾਈਏ ਜੇ ਉਹਨੂੰ ਸਾਇਆ ਛੱਡਿਆ ਉਹ ਤੇ ਨਿਕਲ ਪੁਕਲ ਗਿਆ ਤੇ ਬੜੀ ਫੁੰਡ ਨਾਲ ਜਣੇ ਚਲੋ ਬਾਈ ਚੱਲ ਕੇ ਘਰ ਰੋਟੀ ਖਾਈਏ ਆਏ ਤੇ ਬੜੇ ਦਾਬੇ ਨਾਲ ਆਉਂਦਿਆਂ ਜਨਾਨੀਆਂ ਨੂੰ ਲਿਆਓ ਰੋਟੀ ਉਹਨਾਂ ਆਖਿਆ ਰੋਟੀ ਕਿਹੜੀ ਉਹਨਾਂ ਆਖਿਆ ਵੇ ਬੇਵਕੂਫ ਹੋਈਆਂ ਅਗਲੇ ਦਿਨ ਜਾ ਕੇ ਸਾਏ ਨੇ ਬੰਦੇ ਵੀ ਦੱਸੇ ਨੇ ਰੋਟੀਆਂ ਪਕਵਾਈਆਂ ਨੇ 5000 ਰੁਪਇਆ ਭਰਿਆ ਉਹ ਜਨਾਨੀਆਂ ਦੀਆਂ ਤੁਹਾਡਾ ਦਿਮਾਗ ਖਰਾਬ ਹੈ ਕਦੇ ਸਾਏ ਦੀ ਰੋਟੀਆਂ ਪਕਵਾਈਆਂ ਉਹ ਬੰਦੇ ਵਡੇਰੇ ਸੁਣ ਕੇ ਇਕੱਠੇ ਹੋ ਗਏ ਉਹਨਾਂ ਆਖਿਆ ਉਹ ਪਾਗਲੋ ਤੁਹਾਨੂੰ ਕਿੱਥੇ ਦਾਲ ਆ ਲਿਆ ਆਂਦੇ ਨੇ ਚਲੋ ਜਨਾਨੀਆਂ ਤੂੰ ਜੇ ਕਰਦੀਆਂ ਹੁੰਦੀਆਂ ਇਹ ਚਿੱਟੀ ਦਾੜੀ ਨਾਲ ਬੰਦੇ ਝੂਠ ਤੇ ਨੀ ਮਾਰਦੇ ਵਾਕਈ ਸਾਨੂੰ ਦਾਲ ਲੱਗ ਗਿਆ ਆਂਦੇ ਨੇ ਅੱਛਾ ਭਾਈ 100 ਆ ਕੇ ਲੈ ਗਏ ਸੀ ਤੇ 5000 ਜਾ ਕੇ ਦੇ ਆਏ ਆ ਬੜਾ ਇਹ ਦਾਲ ਆਇਆ ਕੱਲ ਘਰ ਲੈਨੇ ਇਹਦੇ ਨਾਲ ਇਹ ਅੱਛਾ ਭਾਈ ਜੇ ਟਾਈਮ ਜਨਾਬ ਉਹਨੇ ਨਾ 5000 ਲੈ ਆ ਸੀ ਨਾ ਜਿਹੜਾ ਜਨਾਨੀ ਨੂੰ ਆਂਦਾ ਕਰਮ ਵਾਲੀ 500 ਰੁਪਇਆ ਦੇ ਛੱਡ ਇਹ ਕਿਉਂ ਇਹੀ ਉਹਨਾਂ ਨੇ ਇੱਕ ਵਾਰੀ ਆਉਣਾ ਉਹਨੇ 500 ਰੁਪਇਆ ਲਿਆ ਦਿੱਤਾ ਉਹਨੇ ਜਾ ਕੇ ਇੱਕ ਟੈਡੀ ਬੱਕਰੀ ਲੈਣ ਦੀ ਜਨਾਨੀ ਆਉਂਦੀ ਆ ਹੁਣ ਇਹ ਕੀ ਕਰਨੀ ਆ ਉਹਨੇ ਆਖਿਆ ਹੁਣ ਜਿਹੜੇ ਦਿਨ ਆਏ ਤੈਨੂੰ ਆਖਣ ਦਾ ਪਕਾ ਰੋਟੀ ਤੂੰ ਆਖੀ ਮੇਰੇ ਕੋਲ ਨਹੀਂ ਪੱਕਦੀ ਅਸੀਂ ਲੜ ਪਵਾਂਗੇ ਤੂੰ ਆ ਬੱਕਰੀ ਖਿੱਚ ਕੇ ਕਿਸ ਤਰੀਕੇ ਅੰਦਰ ਲੈ ਜੀ ਉਹਨੇ ਆਖਿਆ ਬਿਲਕੁਲ ਠੀਕ ਲਓ ਜੀ 5-7 ਦਿਨ ਗੁਜ਼ਰੇ ਉਹ ਸਾਇਆ ਉਂਝ ਨੱਸ ਗਿਆ ਸੀ ਜਣੇ ਆਏ ਉਹਦੇ ਕੋਲ ਸਲਾਮ ਅਲੈਕਮ ਉਹਨੇ ਆਖਿਆ ਵਾਲੈਕਮ ਸਲਾਮ ਛੇਤੀ ਛੇਤੀ ਘਰ ਲੈ ਗਿਆ ਤੇ ਇੱਥੇ ਨਾ ਕੁੱਟਣ ਲੱਗ ਗਿਆ ਜਾਂਦਿਆਂ ਬੜੇ ਰੋਬ ਦੇ ਨਾਲ ਜਨਾਨੀ ਨੂੰ ਆਂਦਾ ਪਕਾ ਰੋਟੀ ਉਹਨੇ ਆਖਿਆ ਮੇਰੇ ਕੋਲ ਨੀ ਪੱਕਦੀ ਉਹਨੇ ਆਖਿਆ ਮੇਰੇ ਯਾਰ ਆਏ ਨੇ ਉਹਨੇ ਆਖਿਆ ਮੈਂ ਨੀ ਪਕਾਣੀ ਰੋਜ਼ ਤੇਰੇ ਯਾਰ ਆਏ ਨੇ ਆਂਦਾ ਹਟ ਜੋ ਪਿਛਾ ਨਹੀਂ ਇਹਨੇ ਪਕਾਣੀ ਜਣਾ ਭੱਜ ਕੇ ਗਿਆ ਉਹਨੇ ਜਾ ਕੇ ਅੰਦਰੋਂ ਟੋਕਾ ਕੱਢ ਆਂਦਾ ਉਹਨੇ ਆਖਿਆ ਵੇਲੀ ਆ ਵੀ ਤੂੰ ਨਾ ਪਕਾਈ ਰੋਟੀ ਮਾਰ ਛੱਡਣਾ ਤੈਨੂੰ ਉਹਨੇ ਆਖਿਆ ਲਾ ਕਰ ਲੈ ਜੋ ਆਂਦਾ ਹਟ ਜੋ ਪਿਛਾ ਜਣਾ ਇੰਜ ਕਾਰ ਕੋਰ ਕਰਨਾ ਹੈ ਪਿਛਾ ਹਟ ਜੋ ਪਿਛਾ ਤੂੰ ਚਲਾ ਨੂੰ ਬੱਕਰੀ ਖਿੱਚ ਕੇ ਅੰਦਰ ਲੈ ਗਿਆ ਆਂਦਾ ਮਾਰ ਛੱਡਣੀ ਹੈ ਭੱਜ ਪੈ ਜਾਂਦਿਆਂ ਉਹਨੇ ਮਾਰਿਆ ਟੋਕਾ ਬੱਕਰੀ ਦਾ ਸਿਰ ਲਾ ਕੇ ਟੋਕਰੇ ਥੱਲੇ ਕਰ ਛੜੀ ਜਿੱਥੇ ਖੂਨ ਸੀ ਉੱਥੇ ਜਨਾਨੀ ਲੰਮੀ ਪੈ ਗਈ ਤੇ ਉਹਨੇ ਕੱਪੜਾ ਦੇ ਛੱਡਿਆ ਟੋਕਾ ਖੂਨ ਦਾ ਭਰਿਆ ਆਇਆ ਨਾ ਅੱਧੇ ਚ ਉਹਨੇ ਫੜਿਆ ਤੇ ਦੋਵੇਂ ਜਣੇ ਉੱਠ ਕੇ ਤੇ ਟੁਰ ਪਏ ਓਏ ਉਹਨੇ ਆਖਿਆ ਜਵਾਨ ਕਿੱਧਰ ਉਹਨੇ ਆਖਿਆ ਭਾਈ ਤੂੰ ਜਨਾਨੀ ਮਾਰ ਛੜੀਏ ਤੇ ਅਸੀਂ ਟੁਰ ਚੱਲੇ ਹਾਂ ਓਏ ਉਹਨੇ ਆਖਿਆ ਬੇਵਕੂਫੋ ਇਸ ਵਾਸਤੇ ਟੁਰ ਚੱਲੇ ਹੋ ਉਹਨੇ ਆਖਿਆ ਦਿਹਾੜੀ ਚ 20 ਵਾਰੀ ਇਹ ਜਨਾਨੀ ਨੂੰ ਮੈਂ ਮਾਰਨਾ ਤੇ 20 ਵਾਰੀ ਜਗਾਨਾ ਉਹ ਇੱਕ ਜਣਾ ਆਂਦਾ ਚੱਲ ਹਾਂ ਵੇਖ ਲਗੇ ਇੱਕ ਆਂਦਾ ਫਸੜਾ ਹੀ ਤੇ ਵੇਖ ਲੈ ਉਹਨੇ ਆਖਿਆ ਫਸਣਾ ਹੀ ਤੇ ਵੇਖ ਲੈ ਔਰ ਦੂਜਾ ਆਂਦਾ ਵਾਕਈ ਜਗਾ ਸਕਣਾ ਆਂਦਾ ਜਗਾ ਸਕਣਾ ਆਂਦੇ ਨੇ ਦੋਵੇਂ ਪਰਤਾ ਆਂਦੇ ਨੇ ਜਗਾ ਬਾਈ ਉਹ ਦੋਵੇਂ ਜਣੇ ਆਂਦੇ ਨੇ ਜਗਾ ਇਹ ਜਗਾ ਮਾਈ ਇਹ ਜਗਾ ਉਹਨੇ ਚਵਾ ਪਾਸੇ 4 ਤੀਲੇ ਲਾਏ 2 ਤੀਲੇ ਉਹਨੇ ਪੁੱਟੇ ਜਨਾਨੀ ਨੇ ਉਹਨੇ ਅੱਗੇ ਗੱਲ ਕੀਤੀ ਸੀ ਜਿਹੜੇ ਵੇਲੇ ਉਹਨੇ 2 ਤੀਲੇ ਪੁੱਟੇ ਤੇ ਉਹਨੇ ਆਖਿਆ ਉੱਠ ਹਜ਼ੂਰ ਨਬੀ ਪਾਕ ਦਾ ਕਲਮਾ ਪੜ ਕੇ ਜਨਾਨੀ ਉਸੇ ਵੇਲੇ ਲਾ ਇਲਾਹ ਮੁਹੰਮਦ ਰਸੂਲ ਅੱਲਾਹ ਪੜ ਕੇ ਉੱਠ ਖਲੋਤੀ ਉਹਨੇ ਆਖਿਆ ਪਕਾਣੀ ਆ ਕਿ ਨਹੀਂ ਰੋਟੀ ਜਨਾਨੀ ਹੱਥ ਬੰਨੇ ਹੁਣ ਨਾ ਮਾਰੀ ਹੁਣੇ ਹੀ ਪਕਾ ਕੇ ਦੇਣੀ ਆ ਕੋਈ ਉਹਨਾਂ ਆਖਿਆ ਇਹ ਵਾ ਜਨਾਨੀ ਹੋਣਾਂ ਦੀ ਸੀ ਕਦੇ ਵੀ ਨੀ ਪਕਾਣੀ ਇਹਨੇ ਕੰਮ ਬੜਾ ਜੋ ਕੀਤਾ ਜਿਹੜਾ ਵੇਲੇ ਜਨਾਬ ਉਹਨਾਂ ਰੋਟੀ ਪਕਾ ਕੇ ਉਹਨੇ ਲੈਣ ਦੀ ਉਹ ਹੱਥ ਬੰਨੇ ਹੁਣ ਨਾ ਮਾਰੀ ਪਕਾਨੀ ਆ ਉਹਨੇ ਆਖਿਆ ਪਕਾ ਜੇ ਉਹਨੇ ਰੋਟੀ ਪਕਾ ਕੇ ਲਿਆਂਦੀ ਲਿਆ ਕੇ ਉਹਨੇ ਅੱਗੇ ਰੱਖੀ ਜਣੇ ਆਂਦੇ ਨੇ ਬਾਈ ਗੱਲ ਇੱਕ ਥਾਂ ਇੱਕ ਗੱਲ ਕਰਨੀ ਹੈ ਜੇ ਤੂੰ ਮੰਨੇ ਉਹਨੇ ਆਖਿਆ ਮੰਨਣ ਵਾਲੀ ਹੋਈ ਤਾਂ ਮੰਨਾਂ ਦਾ ਗੱਲ ਕਰੋ ਉਹਨਾਂ ਆਖਿਆ ਜਿਉਂ ਜਾਣਨਾ ਸਾਨੂੰ ਇਹ ਤੀਲੇ ਦੇ ਛੱਡ ਜੇ ਉਹ ਬੰਦਾ ਆ ਜਾਏ ਤੇ ਟਾਈਮ ਨਾਲ ਰੋਟੀ ਨੀ ਪਕਾਉਂਦੀਆਂ ਜਨਾਨੀ ਤੇ ਤੂੰ ਤੇ ਬੜਾ ਕੰਮ ਜੋ ਕੀਤੇ ਆ
ਜਨਾਨੀ ਉਸੇ ਵੇਲੇ ਬੋਲ ਪਈ, ਨਾ ਨਾ ਹਟਾ ਜਾ ਬੰਦਿਆ, ਤੂੰ ਦਿਹਾੜੀ ਚ 20 ਵਾਰੀ ਮੈਨੂੰ ਮਾਰਨਾ, 20 ਵਾਰੀ ਜਗਾਨਾ, 50,000 ਪੀਰਾਂ ਨੂੰ ਮੋਖ ਦਿੱਤੀ ਹੈ, ਫਿਰ ਤੀਲੇ ਲੈ। ਉਹਨਾਂ ਆਖਿਆ ਰੇਟ ਦਾ ਜੁੱਤਾ ਹੀ ਰੱਖ ਕੇ, ਉਹਨਾਂ ਆਖਿਆ 60,000 ਲੈ ਲਓ, ਓਏ ਨਾ 70,000 ਇਹ ਨਹੀਂ, 80 ਇਹ ਨਹੀਂ। ਜਨਾਨੀ ਆਖੇ ਨਾ ਨਾ ਬਿਲਕੁਲ ਨੀ, ਉਹਨਾਂ 90,000 ਜੇ ਉਹਨਾਂ ਜੜੇ ਦੇ ਨੇੜੇ ਹੋ ਕੇ ਨਾ ਡਬਲ ਸ਼ਹਾਰ, ਉਹਨਾਂ ਆਖਿਆ 1,00,000 ਰੁਪਈਏ। ਉਹਨੇ ਜਨਾਨੀ ਨੂੰ ਆਖਿਆ ਕਰ ਮਾਰ ਗਏ, ਅਸੀਂ ਆਪੇ ਤੀਲੇ ਪੀਰਾਂ ਕੋਲ ਹੋਰ ਲਾਂਗੇ, ਇਹ ਤੀਲੇ ਇਹਨਾਂ ਨੂੰ ਦਈਏ, ਇਹਨਾਂ ਦੇ ਬੜੇ ਕੰਮ ਆਉਣਗੇ। ਉਹਨੇ ਚਾਰੇ ਤੀਲੇ ਉਹਨਾਂ ਨੂੰ ਫੜਾਏ, ਰੁਪਈਆ 1,00,000 ਲੈ ਕੇ ਜਨਾਨੀ ਨੂੰ ਆਂਦਾ ਕੁੰਜਣ ਵਾਲੀ ਗੱਲ ਕਰ, ਉਹ ਚਾਰੇ ਤੀਲੇ ਲੈ ਕੇ ਭੱਜ ਪਏ ਪਿਛਾਂ ਕੇ, ਹੁਣ ਤਾਂ ਚੀਨੀ ਨੀ ਕਰਨ ਤਾਂ ਸਹੀ। ਜਾ ਕੇ ਜਨਾਬ ਉਹਨਾਂ ਘਰ ਰੱਖ ਦਿੱਤੇ ਤੀਲੇ, ਆਂਦੇ ਨੇ ਹੁਣ ਕੋਈ ਗੱਲ ਹੋਵੇ ਹਮਲਾ, ਲਓ ਜੀ ਨਾ ਕੋਈ ਉੱਚੋ ਗੱਲ ਵਿਚਾਰੀਆਂ ਕਰਨ, ਉਹ ਆਪਸ ਚ ਕੋਈ ਜਨਾਨੀਆਂ ਗੱਲ ਪਈਆਂ ਕਰਨ, ਤੇ ਜਣੇ ਆ ਗਿਆ ਆਪਣੇ ਰੂਪ ਚ, ਉਹਨਾਂ ਕੱਢ ਲੈ ਟੋਕੇ ਲਾ ਕੇ ਫਿਰ ਕਮਾਂ ਦੇ ਵਿਹੜੇ ਵਿੱਚ ਰੱਖ ਲਏ। ਤੇ ਜਿਹੜਾ ਆ ਕੇ ਆਖੇ ਨਾ ਉਹ ਕੀ ਕੀਤਾ ਜੇ, ਆਖਣ ਜਾਓ ਕੰਮ ਕਰੋ, 20 ਵਾਰੀ ਬਾੜੀਏ 20 ਵਾਰੀ ਚਗਾਈਏ, ਉਹਨਾਂ ਨੂੰ ਫੁੰਡ ਸੀ ਤੀਲਿਆਂ ਵਾਲੀ। ਜਿਹੜਾ ਆ ਕੇ ਆਖੇ ਨਾ ਇਹ ਕੀ ਕੀਤਾ ਜੇ, ਆਖਣ ਜਾਓ ਕੰਮ ਕਰੋ, 20 ਵਾਰੀ ਮਾਰੀਏ 20 ਵਾਰੀ ਚਗਾਈਏ। ਉਹ ਬੰਦੇ ਆਂਦੇ ਨੇ ਕਿੱਡਾ ਇਹਨਾਂ ਦਾ ਦਿਮਾਗ ਖਰਾਬ ਹੈ, ਇੱਕ ਦਾ ਗੁਨਾਹ ਸੀ ਇੱਕ ਨੂੰ ਮਾਰਨਾ, ਸਾਜੇ ਦੋਵੇਂ ਮਾਰ ਛੱਡੀਆਂ, ਜੇ ਰੋਟੀ ਤੂੰ ਵੀ ਜਾਂਦੇ ਰਹੇ। ਲਓ ਜੀ ਸਵੇਰੇ ਦੀਆਂ ਮਾਰੀਆਂ ਡੀਗਰ ਹੋ ਗਏ, ਬੰਦੇ ਇਕੱਠੇ ਹੋ ਕੇ ਆ ਗਏ, ਉਹਨਾਂ ਆਖਿਆ ਪਾਗਲੋ ਸਵੇਰੇ ਦੀਆਂ ਮਾਰੀਆਂ ਜੇ ਜੇ ਜਗਾਉਣੀਆਂ ਜੇ ਤੇ ਜਗਾਓ, ਇਹ ਜਗਾਈਏ ਇਹ ਜਗਾਓ। ਉਹਨਾਂ ਚਵਾਂ ਪਾਸੇ 4 ਤੀਲੇ ਲਾਏ, 2 ਤੀਲੇ ਪੁੱਟੇ, ਤੇ ਆਖਣ ਉੱਠ ਹਜ਼ੂਰ ਨਬੀ ਪਾਕ ਦਾ ਕਲਮਾ ਪੜ ਕੇ, ਪਰ ਕਿੱਥੇ ਕੁਛ ਆਇਆ ਉੱਠੀ ਦੁਆਰੇ ਤੋੜਨ, ਜਿਹੜੇ ਵੇਲੇ ਪਤਾ ਲੱਗੋ ਨੇ ਸਹੀ ਮਰ ਗਈਆਂ ਨੇ, ਫਿਰ ਤੇ ਹੁਣ ਨਾ ਫਿਰਿਆ ਨੇ ਦੁਆਰੇ ਭੱਜ ਭੱਜ ਕੇ। ਓਏ ਹੋਏ ਹੋਏ, ਫਿਰ ਪੂਰੀ ਗੱਤ ਬਣ ਗਈ ਉਹਨੇ ਕੇ, ਜਿਹੜੇ ਵੇਲੇ ਹੁਣ ਦੁਆਰੇ ਫੇਰੇ, ਜਾਂਦੇ ਨੇ ਬਾਈ ਹੁਣ ਕੰਮ ਚੰਗਾ ਬਣੇ, ਆਂਦੇ ਨੇ ਲੁੱਟ ਧਿਆਰ ਛਾ ਲਈ ਸੂ, ਤੇ ਜਨਾਨੀਆਂ ਵੀ ਮਾਰ ਬੈਠੀਆਂ, ਜਨਾਨੀਆਂ ਦੱਬ ਲਈਏ ਤੇ ਇਹਦੇ ਨਾਲ ਕੋਈ ਗੱਲ ਕਰਕੇ ਛੱਡਾਂ ਦੇ, ਅਸਾਂ ਵੀ ਹੁਣ ਇਹ ਕੀ ਜੀ ਨੇ। ਲਓ ਜੀ ਜਨਾਨੀਆਂ ਦੱਬ ਦੁੱਬ ਲਈਆਂ, ਜਿਵੇਂ ਦਸਵਾਂ ਗੁਜ਼ਰ ਗਿਆ, ਤੇ ਦੋਵੇਂ ਜਣੇ ਰਾਤ ਦਾ ਟਾਈਮ ਹੈ ਬਾਈ, ਤੇ ਤੁਰ ਪਏ ਨੇ, ਆਉਂਦੇ ਨੇ ਚੱਲ ਜਣੇ ਉਸ ਤੱਕ ਚੱਲੀਏ ਜਿਹਨੇ ਲੁੱਟਿਆ ਸਾਨੂੰ। ਜਣਾ ਮੰਜੀ ਦੇ ਉੱਤੇ ਲੰਮਾ ਪਏ ਆ ਸੁੱਤੇ ਆ, ਜਾਂਦਿਆਂ ਉਹਨਾਂ ਮੰਜੀ ਦੇ ਉੱਤੇ ਨਾ ਰੱਸਾ ਫੇਰ ਲਿਆ ਉਹਨੂੰ, ਉਹਨਾਂ ਘੁੱਟ ਕੇ ਗਣ ਦੇ ਲਈ, ਉਹਨਾਂ ਆਖਿਆ ਪਹਿਲਾਂ 100 ਲਿਆ ਸੀ, ਫਿਰ 5,000, ਫਿਰ ਸਾਇਆ ਦਿੱਤਾ ਜੀ ਉਹਨੂੰ ਸਾਏ, ਫਿਰ ਤੀਲਿਆਂ ਦੇ ਪੈਸੇ ਲੈ ਲਈ ਜਨਾਨੀਆਂ ਭਰਵਾਈਆਂ ਨੀ। ਤੇ ਅੱਜ ਕੱਲ ਘਰ ਉਹਨੇ ਆਖਿਆ ਵੈ ਬਿਲਕੁਲ ਇੰਜਾਈਏ, ਆਂਦੇ ਨੇ ਮਾਰਨ ਵਾਲੇ ਨਾਲ ਬਚਾਉਣ ਵਾਲਾ ਡਾਢਾ। ਉਹਨੇ ਤਾਂ ਆਪਣੇ ਪੀਰ ਤੇ ਮੁਰਸ਼ਦ ਨੂੰ ਯਾਦ ਕੀਤਾ, ਆਖਦਾ ਅੱਜ ਬਚਾਏ ਤੇ ਫੇਰ ਗੱਲ ਹੈ। ਲਓ ਜਨਾਬ ਉਹਨੂੰ ਮੰਜੀ ਦੇ ਉੱਤੇ ਬੰਨੇ ਆ ਨੇ, ਤੇ ਲੈ ਕੇ ਟੁਰ ਪਏ ਨੇ, ਕਹਿੰਦੇ ਨੇ ਇਹਨੂੰ ਦਰਿਆ ਹੀ ਛੁੱਟ ਕੇ ਆਉਣਾ, ਲੈ ਕੇ ਲਗੇ ਜਾਂਦੇ ਨੇ, ਤੇ ਦਿਨ ਵਾਹਵਾ ਚੜ ਕੇ ਆ ਜਾਂਦੇ ਨੇ ਸਰੂਟਾਂ ਵਿੱਚ, ਮੰਜੀ ਧਰੀਏ ਤੇ ਗਾਂ ਵੇਖ ਆ ਵੀ ਇਹ ਕਿਹੜੇ ਬੰਦੇ ਹੀ ਨਾ ਹੋਣ। ਦੋਵੇਂ ਜਣੇ ਧਾਰ ਕੇ ਮੰਜੀ ਵੇਖਣ ਟੁਰ ਗਏ, ਪਿੱਛੂ ਇਹ ਕਾਜੜੀ ਬੱਕਰੀਆਂ ਲੈ ਕੇ ਆ ਗਿਆ। ਉਹ ਆ ਕੇ ਮੰਜੀ ਵਾਲੇ ਨੂੰ ਪੁੱਛਦਾ, ਉਹ ਜਵਾਨ ਇੱਥੇ ਕਿੱਥੇ ਪਏ ਹੈ? ਉਹਨੇ ਆਖਿਆ ਕੋਈ ਨਾ ਪੁੱਛੇ ਕੀ ਗੱਲ। ਉਹਨੇ ਆਖਿਆ 2 ਬੰਦੇ ਗਏ, ਉਹਨਾਂ ਦੀ ਭੈਣ ਹੈ ਮੇਰੇ ਘਰ, ਉਹ ਆਂਦੇ ਨੇ ਵਸਾ ਤੇ ਮੈਂ ਵਸਾਂਦਾ ਕੋਈ ਨੀ। ਹਾਜੜੀ ਨੇ ਸੋਚਿਆ ਨਾ ਮੇਰਾ ਘਰੇ ਦਿਆਂ ਵਿਆਹ ਕੀਤੇ ਤੇ ਨਾ ਹੀ ਕਰਨਾ। ਉਹਨੇ ਆਖਿਆ ਤੇ ਜੇ ਮੈਂ ਵਸਾ ਲਾ? ਉਹਨੇ ਆਖਿਆ ਮੰਜੀ ਤੇ ਤੂੰ ਆ ਜਾ, ਤੂੰ ਵਸਾ। ਉਹਨੇ ਬੜੇ ਚਾਵੇ ਨਾਲ ਰੱਸਾ ਖੋਲਿਆ, ਉਹ ਜਣਾ ਉਸ ਕੋਲੋਂ ਤਾਜੜੀ ਉੱਥੇ ਲੰਮਾ ਪਿਆ, ਉਹਨੇ ਉਸੇ ਤਰ੍ਹਾਂ ਰੱਸਾ ਫੇਰ ਕੇ ਚੀਡੀ ਜੀ ਗੰਢ ਦਿੱਤੀ। ਉਹਨੇ ਆਖਿਆ ਲਾ ਤੂੰ ਸਾ। ਲਓ ਜਨਾਬ ਜਿਸ ਟਾਈਮ ਉਹਨੇ ਰੱਸਾ ਫੇਰ ਕੇ ਨਾ ਜੋ ਉਹਨੇ ਬੱਕਰੀਆਂ ਸਾਹਿਬ ਤੇ ਕਰ ਲਈਆਂ, ਉਹਨੇ ਆਖਿਆ ਲੈ ਤੂੰ ਵਸਾ ਲੈ। ਉਹਨਾਂ ਆਉਂਦਿਆਂ ਨਾ ਕੋਈ ਵੇਖਿਆ ਨਾ ਚਾਖਿਆ, ਉਹਨਾਂ ਮੰਜੀ ਚੁੱਕੀ ਤੇ ਲੈ ਕੇ ਟੁਰ ਪਏ। ਤਾਂ ਉੱਤੋਂ ਜਣਾ ਆਂਦਾ, ਉਹ ਅੱਲਾ ਦੀ ਕਸਮੇ ਨਾ ਕਰੇ ਖੜੋ, ਤੁਹਾਡੀ ਭੈਣ ਮੈਂ ਵਸਾਵਾਂ। ਉਹਨਾਂ ਨੂੰ ਆਪ ਗੁੱਸਾ ਚੜ ਗਿਆ, ਉਹਨਾਂ ਆਖਿਆ ਵੇਖੋ ਸਾਡੀ ਹਰਸ਼ਾ ਮਾਰ ਮੁਕਾ ਕੇ ਤੇ ਵੇਖੋ ਇਹ ਕੀ ਕਰਦਾ ਹੈ। ਉਹਨਾਂ ਜਨਾਬ ਚੁੱਕ ਕੇ ਜਾ ਕੇ ਨਾ ਵਗਾਇਆ ਨਾ ਵਿੱਚ ਦਰਿਆ ਚ ਬੱਜੇ ਬਜਾਏ ਨੂੰ। ਜਿਹੜੇ ਵੇਲੇ ਵਾਪਸ ਆਏ ਤੇ ਜਿਹੜਾ ਅਸਲ ਸੀ ਨਾ ਉਹ ਮੈਂ ਬੱਕਰੀਆਂ ਅੰਦਰ ਵਾੜੇ ਉਹਦੇ ਵਾਲੀਆਂ, ਉਹ ਜਾ ਕੇ ਉਹਦੇ ਅੱਗੇ ਹੱਥ ਬੰਨਣ, ਉਹ ਤੂੰ ਕੀ ਬਣਾ ਰਿਹਾ, ਤੈਨੂੰ ਅਸੀਂ ਬੰਨ ਕੇ ਸੁੱਟ ਕੇ ਆਏ ਆ, ਤੇ ਤੂੰ ਫੇਰ ਆ ਗਿਆ। ਉਹਨੇ ਆਖਿਆ ਬੇਵਕੂਫੋ, ਛੋਟੇ ਛੋਟੇ ਪਾਣੀ ਲਈ ਸੱਟਿਆ ਜੀ, ਉੱਥੇ ਮਾਲ ਸੀ ਨਿੱਕਾ ਬੱਕਰੀ ਭਾਰੂ, ਜਰਾ ਸਗਾਂ ਸੁੱਟ ਦਿਓ, ਨੀਲੀ ਦੀਆਂ ਮੱਝਾਂ ਮੇਰਾ ਹੱਥ ਹੀ ਨੀ ਪਿਆ। ਉਹਨਾਂ ਦੋ ਮੰਜੀਆਂ ਉਹਨਾਂ ਆਖਿਆ ਬੰਨ ਲੋ ਜਣਿਆਂ ਨੂੰ, ਉੱਤੇ ਵਾਈ ਇਹਨਾਂ ਨੂੰ ਮਾਲ ਦੇਣਾ। ਉਹਨਾਂ ਦਵਾਂ ਜਣਿਆਂ ਨੂੰ ਬੰਨ ਲਿਆ,
ਮੈਂ ਤਾਂ ਤੁਰ ਪਿਆ ਨਿੱਕੇ ਦੇ ਕੋਟੇ ਨੂੰ ਸਿੱਧੇ ਇੱਕ ਨੂੰ ਜਾਂਦਿਆਂ ਵਿੱਚ ਵਸਾਇਆ ਤੇ ਦੂਜਿਆਂ ਦਾ ਛੇਤੀ ਕਰੋ ਚੰਗੀਆਂ ਚੰਗੀਆਂ ਉਹ ਖਿੱਚ ਜਾਂਦਾ।